ਤੁਸੀਂ ਹਰ ਸਾਲ ਕਿੰਨੀ ਕੁ ਦੇਰ ਲਈ ਇੱਥੇ ਆਉਂਦੇ ਹੋ ਤੇ ਮਾਲਕ ਬਣਦੇ ਹੋ? ਅਸੀਂ ਹਰੇਕ ਸਾਲ ਆਉਂਦੇ ਇੱਕ ਦਿਨ ਮਾਲਕ। ਜਿਹੜਾ 2 ਗਲਾਸ ਲੱਸੀ ਪੀ ਜਾਂਦਾ ਪੇੜੇ ਵਾਲੀ, ਉਹ ਪਹਿਲਵਾਨ ਹੀ ਹੈ ਬਾਈ। ਵਾਹ ਪਹਿਲਵਾਨ ਜੀ ਵਾਹ। ਜ਼ਰਾ ਲਾਓ ਗੋਟਾ ਚੰਗੀ ਤਰ੍ਹਾਂ। ਸਾਰੇ ਖਾਣੇ ਪੈਣੇ, ਸਾਰੇ ਹੀ ਖਾਣੇ ਪੈਣੇ ਆ ਤੇ ਪਾ ਦਿਓ ਤੁਸੀਂ, ਖਾ ਲਵਾਂਗੇ। ਤੇ ਕਿਹੜੇ ਦੁਕਾਨਦਾਰ ਹੋ ਜਿਹੜੇ ਕਹਿੰਦੇ ਸਾਰੇ ਹੀ ਖਾਣੇ ਪੈਣੇ? Back in Fika Lassi, making the lassi. This is how it's done. It's so kind of them to actually let me back here. I was actually sitting in the seat in the same position last year, and I'm back once again at Fika Lassi, doing the same thing again. ਹੁਣ ਤਾਂ ਟੈਕਨੀਕ ਵੀ ਥੋੜ੍ਹੀ ਸਹੀ ਹੋ ਗਈ। ਚੀਨੀ ਘੱਟ ਬਣਾ, ਪੇੜਾ ਜ਼ਰਾ ਫੁੱਲ। ਸਾਰੇ ਹੀ ਖਾਣੇ ਪੈਣੇ, ਸਾਰੇ ਹੀ ਖਾਣੇ ਪੈਣੇ ਆ ਤੇ ਪਾ ਦਿਓ ਤੇ ਅਸੀਂ ਖਾ ਲਵਾਂਗੇ। ਤੇ ਕਿਹੜੇ ਦੁਕਾਨਦਾਰ ਹੋ ਜਿਹੜੇ ਕਹਿੰਦੇ ਸਾਰੇ ਹੀ ਖਾਣੇ ਪੈਣੇ? ਫੁੱਲ ਪੈਸਾ ਵੀ ਲੈਣਾ। ਇਹ ਤੁਸੀਂ ਹਰ ਸਾਲ ਕਿੰਨੀ ਕੁ ਦੇਰ ਲਈ ਇੱਥੇ ਆਉਂਦੇ ਹੋ ਤੇ ਮਾਲਕ ਬਣਦੇ ਹੋ? ਅਸੀਂ ਹਰੇਕ ਸਾਲ ਆਉਂਦੇ ਇੱਕ ਦਿਨ ਲਈ ਮਾਲਕ ਬਣਦੇ। ਇੱਕ ਦਿਨ ਲਈ ਮਾਲਕ ਤੁਸੀਂ ਬਣਦੇ ਹੋ? ਪੈਸਾ ਫਿਰ ਲੈ ਜਾਂਦੇ ਵਾਪਸ। ਜਿਹੜਾ 2 ਗਲਾਸ ਲੱਸੀ ਪੀ ਜਾਂਦਾ ਪੇੜੇ ਵਾਲੀ, ਉਹ ਪਹਿਲਵਾਨ ਹੀ ਹੈ ਬਾਈ। ਇਸ ਲਈ ਤੁਸੀਂ ਪਹਿਲਵਾਨ ਹੋ ਕਹਿ ਸਕਦੇ। ਵਾਹ ਪਹਿਲਵਾਨ ਜੀ ਵਾਹ। ਜ਼ਰਾ ਲਾਓ ਗੋਟਾ ਚੰਗੀ ਤਰ੍ਹਾਂ। That is my work at Fika Lassi. I think done. I think I might actually end up ruining this. I don't think this technique. Now I am trying to see. ਹਾਂਜੀ ਹਾਂਜੀ, ਆਪਣਾ ਫਿਰ ਗਵਾਲ ਮੰਡੀ ਫੀਕੇ ਦੀ ਲੱਸੀ ਤੇ ਕੋਈ ਫਿਰ ਪਿਛਲੀ ਦਫਾ ਤੁਸੀਂ ਤਾਂ ਮਾਲਕ ਵੀ ਬਣ ਗਏ, ਅਦਰਵਾਇਜ਼ ਆਪਣੇ ਅੱਡੇ ਤੇ ਕੌਣ ਬਿਠਾਉਂਦਾ ਤੁਹਾਨੂੰ? ਸਹੀ ਗੱਲ ਹੈ। ਤੇ ਉਹ ਤੁਹਾਡਾ ਵਲੌਗ ਵੀ ਕਾਫੀ ਵਾਇਰਲ ਹੋਇਆ? ਹਾਂਜੀ ਹੋਇਆ ਸੀ। ਅੱਛਾ, ਮੈਂ ਜਿਹੜੀ ਮੈਨੂੰ ਮੁਕਰੀ ਹੋਈ ਹੈ ਉਹ ਇਹ ਹੋਈ ਹੈ ਕਿ ਤੁਸੀਂ ਅੰਮ੍ਰਿਤਸਰ ਦੀਆਂ ਵੀ ਲੱਸੀਆਂ ਦੇ ਕੋਈ ਵਲੌਗਸ ਬਣਾਏ? ਹਾਂਜੀ ਹਾਂਜੀ। ਉੱਥੋਂ ਕਿਹੜੇ ਕਿਹੜੇ ਲੱਸੀ ਵਾਲਿਆਂ ਦੇ ਬਣਾ ਰਹੇ ਹੋ ਵਲੌਗ? ਜੈਨੀ ਲੱਸੀ ਦੀ ਬਣਾਈ ਸੀ। ਜੈਨੀ ਲੱਸੀ ਦੀ? ਅੱਛਾ, ਤੇ ਹੁਣ ਕੰਪੈਰੀਜ਼ਨ ਕਰੋਗੇ ਫੀਕੇ ਦੀ ਲੱਸੀ ਦਾ? ਤੋ ਜੈਨੀ ਦੀ ਵੀ ਵਧੀਆ ਸੀਗੀ, ਪਰ ਇਹਨਾਂ ਦੀ ਅੰਮ੍ਰਿਤਸਰ ਦੀ ਇਹਨੇ ਸਾਰੀਆਂ ਲੱਸੀਆਂ ਚੈੱਕ ਕੀਤੀਆਂ, ਉੱਥੇ ਜੈਨੀ ਦੀ ਕੋਈ ਲੱਸੀ ਹੈ ਜਿਹੜੀ ਬਹੁਤ ਫੇਵਰੇਟ ਲੱਸੀ ਹੈ। ਜਸ ਕਹਿੰਦਾ ਹੈ ਕਿ ਮੈਂ ਅਗਰ ਮੇਰੇ ਤੋਂ ਕੋਈ ਕੰਪੈਰੀਜ਼ਨ ਕਰਾਵੇ ਨਾ ਤੇ ਜੈਨੀ ਦੀ ਲੱਸੀ ਦੇ ਨਾਲ ਉਹ ਇਹ ਪੇੜਾ ਜ਼ਿਆਦਾ ਟੇਸਟੀ ਹੈ, ਇਹ ਜ਼ਿਆਦਾ ਟੇਸਟੀ ਫੀਕੇ ਦੀ ਲੱਸੀ। ਤੁਹਾਡੇ ਲਈ ਵੱਡੀ ਗੱਲ ਹੈ ਜੀ, ਖੁਸ਼ੀ ਦੀ ਗੱਲ ਹੈ। ਇਹਦੇ 'ਚ ਅਸੀਂ ਪੀਵਾਂਗੇ ਜੈਨੀ ਦੀ ਲੱਸੀ ਵੀ ਆ ਕੇ ਪੀਵਾਂਗੇ। ਜਿਹੜਾ ਲੱਸੀ ਬਣਾਉਂਦਾ ਸਾਡਾ ਯਾਰ ਹੈ। ਹਾਂ, ਅਤੇ ਕਦੇ ਅੰਮ੍ਰਿਤਸਰ ਆਉਣਾ ਹੋਇਆ ਤਾਂ ਪੀਵਾਂਗੇ। ਇਸ ਲਈ ਜੈਨੀ ਬਾਦੀ ਜੀ ਤੱਕ ਸਾਡੇ ਲਫ਼ਜ਼ ਪਹੁੰਚਣ ਅਤੇ ਉਹਨੂੰ ਹੋਰ ਬਿਹਤਰ ਕਰ ਲਓ ਯਾਰ। ਰੈਸਪੀ ਜਿਹੜੀ ਹੈ ਸਾਡੇ ਲਾਹੌਰ ਲੈ ਲਓ, ਜਿਹੜਾ ਗੜ੍ਹ ਜੇ ਅਤੇ ਅੰਮ੍ਰਿਤਸਰ ਲਾਹੌਰ ਅਤੇ ਗੜ੍ਹ ਹੈ ਲੱਸੀਆਂ ਦਾ।
ਸਾਡੇ ਵੱਡੇ ਆ ਅੰਮ੍ਰਿਤਸਰ ਅੰਮ੍ਰਿਤਸਰ ਤੋਂ ਆਏ ਸੀ ਨਾ ਇਸ ਲਈ ਗੜ ਹੈ ਨਾ ਇਹਨਾਂ ਲੱਸੀਆਂ ਦਾ ਲਾਹੌਰ ਤੇ ਅੰਮ੍ਰਿਤਸਰ ਹੀ ਤੇ तस्वीर नहीं चाचा फीका साढ़े परदादा जी ने बाद थले फोटो लगी बिल्ला पवां साढ़े दादा जी ने चाचा जी बैठे इतने भतीजा बैठा और साडा मामा बैठा है बार बार आओ मैं जो मेरे वर्गा बार बार आ सकता जो लोकल है उन्होंने तो आना ही चाहिए। सही।